ਜੋਤੀ ਨੂਰਾ ਕੁਨਾਲ ਪਾਸੀ ਵੱਖ ਵੱਖ ਨੇ ਪਰ ਜੋਤੀ ਨੂਰਾ ਦੇ ਨਾਲ ਇਸ ਸਮੇਂ ਹਮੇਸ਼ਾ ਦਿਖਾਈ ਦਿੰਦਾ ਉਸਮਾਨ ਚਾਹੇ ਉਹ ਲਾਈਵ ਸ਼ੋਅ ਦੌਰਾਨ ਹੋਵੇ ਸਟੇਜ 'ਤੇ ਹੋਵੇ ਕਾਰ 'ਚ ਹੋਵੇ ਆਪਣੇ ਲਾਈਵ ਦੇ ਵਿੱਚ ਹੋਵੇ ਨਾਲ ਹਮੇਸ਼ਾ ਦਿਖਾਈ ਦਿੰਦਾ ਉਸਮਾਨ ਸ਼ਾਇਦ ਇੰਨਾ ਜ਼ਿਆਦਾ ਗੂੜਾ ਰਿਸ਼ਤਾ ਹੋ ਗਿਆ ਕਿ ਹੁਣ ਕੁਨਾਲ ਪਾਸੀ ਬਹੁਤ ਜ਼ਿਆਦਾ ਦੂਰ ਚਲਾ ਗਿਆ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰ ਰਹੇ ਹਾਂ ਜੋ ਜੋਤੀ ਨੂਰਾ ਦੀ ਇੱਕ ਸਟੂਡੀਓ ਦੀ ਵੀਡੀਓ ਹੈ ਜਿਸ ਦੇ ਵਿੱਚ ਉਹ ਆਪਣਾ ਸ਼ਾਇਦ ਨਵਾਂ ਸੌਂਗ ਰਿਕਾਰਡ ਕਰ ਰਹੇ ਨੇ ਅਤੇ ਵੀਡੀਓ ਦੇ ਵਿੱਚ ਤੁਹਾਨੂੰ ਉਸਮਾਨ ਵੀ ਦਿਖਾਈ ਦੇਵੇਗਾ ਬਿਲਕੁਲ ਉਸਮਾਨ ਜੋਤੀ ਨੂਰਾ ਦੀ ਫੋਟੋ ਤੁਸੀਂ ਦੇਖ ਰਹੇ ਹੋ ਇਹ ਫੋਟੋ ਜੋਤੀ ਨੂਰਾ ਨੇ ਆਪਣੇ ਓਫਿਸ਼ੀਅਲ ਪੇਜ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਸਮਾਨ ਅਤੇ ਜੋਤੀ ਨੂਰਾ ਕਿੰਨੇ ਨਜ਼ਦੀਕ ਹੋ ਚੁੱਕੇ ਨੇ ਅਤੇ ਕੁਨਾਲ ਪਾਸੀ ਹਮੇਸ਼ਾ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਆਪਣਾ ਦੁੱਖ ਲੋਕਾਂ ਨਾਲ ਸਾਂਝਾ ਕਰਦਾ ਰਹਿੰਦਾ ਅਤੇ ਆਪਣਾ ਦੁੱਖ ਸੁਣਾਉਂਦਾ ਅਤੇ ਹੁਣ ਦੇਖਦੇ ਹਾਂ ਕਦੋਂ ਜੋਤੀ ਨੂਰਾ ਅਤੇ ਕੁਨਾਲ ਪਾਸੀ ਇੱਕ ਹੁੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਦੋਸਤੋ ਪਰ ਅਸੀਂ ਰੱਬ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਜੋਤੀ ਨੂਰਾ ਅਤੇ ਕੁਨਾਲ ਪਾਸੀ ਇੱਕ ਹੋਣ ਤਾਂ ਕਿ ਪਹਿਲਾਂ ਤਰ੍ਹਾਂ ਉਹ ਆਪਣਾ ਜੀਵਨ ਹੱਸਦੇ ਖੇਡਦੇ ਬਿਤਾਉਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰ ਦਿਓ ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ 'ਤੇ ਕਲਿੱਕ ਕਰ ਦਿਓ ਧੰਨਵਾਦ ਰੱਬ ਰੱਖਾ